ਕਹਿੰਦੇ ਨੇ ਦੋਸਤ ਹੋਣ ਤਾਂ ਚੰਗੇ ਵਰਨਾ ਨਾ ਹੋਣ। ਇਹ ਗੱਲਾਂ ਅਸੀਂ ਇਸ ਲਈ ਤੁਹਾਨੂੰ ਆਖ ਰਹੇ ਹਾਂ ਕਿਉਂਕਿ ਜੋ ਖਬਰ ਅਸੀਂ ਤੁਹਾਡੇ ਨਾਲ ਹੁਣ ਖਬਰ ਨਸ਼ਰ ਕਰਨ ਲੱਗੇ ਹਾਂ ਉਹ ਖਬਰ ਤੁਹਾਨੂੰ ਵੀ ਕਾਫੀ ਹੈਰਾਨੀ ਵਿੱਚ ਪਾ ਦੇਗਾ। ਦਰਅਸਲ ਇੱਕ ਦੋਸਤ ਨੇ ਆਪਣੇ ਹੀ ਦੋਸਤ ਦੇ ਪਿਤਾ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ। ਕਾਰਨ ਤੁਹਾਨੂੰ ਹੋਰ ਵੀ ਹੈਰਾਨ ਕਰੇਗਾ। ਦਰਅਸਲ ਹਰਪ੍ਰੀਤ ਸਿੰਘ ਦੇ ਪਿਤਾ ਨੇ ਹਰਪ੍ਰੀਤ ਨੂੰ ਮੇਲੇ ਜਾਣ ਤੋਂ ਰੋਕਿਆ ਸੀਗਾ ਔਰ ਇਸੀ ਗੱਲ ਦਾ ਗੁੱਸਾ ਜਿਹੜਾ ਸੀ ਵਿਸ਼ਾਲਦੀਪ ਸਿੰਘ ਨੂੰ ਲੱਗਾ ਕਿ ਉਸਦੇ ਦੋਸਤ ਦੇ ਪਿਤਾ ਨੇ ਆਕਾਸ਼ਦੀਪ ਨੂੰ ਕਿਉਂ ਨਹੀਂ ਭੇਜਿਆ ਮੇਲੇ ਤੇ, ਔਰ ਇਸ ਦੌਰਾਨ ਜੋ ਆਕਾਸ਼ਦੀਪ ਦੇ ਪਿਤਾ ਨੇ ਉਸਦੇ ਘਰ ਜਿਹੜਾ ਹੈ ਵਿਸ਼ਾਲਦੀਪ ਆਉਂਦਾ ਹੈ ਤਾਂ ਉਸਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਪੂਰਾ ਮਾਮਲਾ ਅਜਨਾਲਾ ਦੱਸਿਆ ਜਾ ਰਿਹਾ ਹੈ, ਅਜਨਾਲਾ ਦੇ ਪਿੰਡ ਤਲਵੰਡੀ ਭਗਵਾਂ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਦੋਸਤ ਨੂੰ ਮੇਲੇ ਭੇਜਣ ਤੋਂ ਰੋਕਣ ਤੇ ਇੱਕ ਦੋਸਤ ਵੱਲੋਂ ਹੀ ਆਪਣੇ ਯਾਰ ਦੇ ਪਿਤਾ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ। ਮਾਮਲਾ ਕਾਫੀ ਹੈਰਾਨੀਜਨਕ ਹੈ ਕਿਉਂਕਿ ਗੁੱਸੇ ਦੇ ਵਿੱਚ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਸਾਫ ਝਲਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਨੌਜਵਾਨਾਂ ਦੇ ਵਿੱਚ ਸਹਿਣ ਸ਼ਕਤੀ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਖਾਸ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਾਰਨ ਜਿਹੜਾ ਸੀ ਉਹ ਕੋਈ ਮਾਮੂਲੀ ਜਿਹਾ ਸੀਗਾ ਮੇਲੇ ਜਾਣ ਤੋਂ, ਜਿਹੜਾ ਹਰ ਇੱਕ ਮਾਤਾ ਪਿਤਾ ਜਦੋਂ ਲੱਗਦਾ ਹੈ ਕਿ ਉਹਨਾਂ ਦੇ ਦੋਸਤ ਯਾਰ ਜਿਹੜੇ ਨੇ ਉਹ ਉਹਨਾਂ ਨੂੰ ਖਰਾਬ ਕਰ ਰਹੇ ਨੇ, ਉਹਨਾਂ ਦੀ ਕੰਪਨੀ ਜਿਹੜੀ ਸਹੀ ਨਹੀਂ ਹੈ, ਤਾਂ ਜਦੋਂ ਉਹਨਾਂ ਨੂੰ ਰੋਕਦੇ ਨੇ ਤਾਂ ਉਹਨਾਂ ਦੇ ਚੰਗੇ ਲਈ ਰੋਕਦੇ ਨੇ, ਪਰ ਕੁਛ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਬਰਦਾਸ਼ਤ ਨਹੀਂ ਹੁੰਦੀਆਂ ਔਰ ਅਜਿਹੇ ਵਾਰਦਾਤਾਂ ਨੂੰ ਅੰਜਾਮ ਦੇ ਬੈਠਦੇ ਨੇ। ਔਰ ਕੁਛ ਅਜਿਹਾ ਹੀ ਹੋਇਆ ਅਜਨਾਲਾ ਦੇ ਪਿੰਡ ਤਲਵੰਡੀ ਭਗਵਾਂ ਦੇ ਵਿੱਚ, ਜਿੱਥੇ ਵਿਸ਼ਾਲਦੀਪ ਸਿੰਘ ਨੇ ਆਪਣੇ ਹੀ ਦੋਸਤ ਹਰਪ੍ਰੀਤ ਸਿੰਘ ਦੇ ਘਰ ਵੜ ਕੇ ਉਸਦੇ ਪਿਤਾ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਵਿਸ਼ਾਲਦੀਪ ਸਿੰਘ ਤੇ ਹਰਪ੍ਰੀਤ ਸਿੰਘ ਦੋਵੇਂ ਜਿਹੜੇ ਨੇ ਉਹ ਇੱਕੋ ਸਕੂਲ ਦੇ ਵਿੱਚ ਇੱਕੋ ਕਲਾਸ ਦੇ ਵਿੱਚ ਪੜ੍ਹਦੇ ਨੇ। ਮੇਲੇ ਜਾਣ ਨੂੰ ਲੈ ਕੇ ਪੂਰਾ ਮਾਮਲਾ ਹੋਇਆ, ਮੇਲਾ ਜਾਣ ਤੋਂ ਰੋਕਿਆ ਜਦੋਂ ਹਰਪ੍ਰੀਤ ਸਿੰਘ ਦੇ ਪਿਤਾ ਨੇ, ਤਾਂ ਵਿਸ਼ਾਲਦੀਪ ਸਿੰਘ ਹਰਪ੍ਰੀਤ ਸਿੰਘ ਦੇ ਘਰ ਆ ਵੜਦਾ ਹੈ, ਉਸ ਤੋਂ ਬਾਅਦ ਆਪਣੇ ਯਾਰਾਂ ਦੋਸਤਾਂ ਜਿਹੜੇ ਹੋਰ ਯਾਰ ਦੋਸਤ ਸੀ ਉਸਦੇ ਨਾਲ ਉਸਦੇ ਘਰ ਵੜਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਥੋੜ੍ਹੀ ਬਹਿਸ ਵੀ ਹੁੰਦੀ ਹੈ ਔਰ ਬਹਿਸਬਾਜ਼ੀ ਦੌਰਾਨ ਕਿਰਚਾਂ ਦੇ ਨਾਲ ਵਿਸ਼ਾਲਦੀਪ ਸਿੰਘ ਆਪਣੇ ਦੋਸਤਾਂ ਨਾਲ ਘਰ 'ਚ ਪਹੁੰਚਦਾ ਔਰ ਕਿਰਚਾਂ ਨਾਲ ਉਸ 'ਤੇ ਹਮਲਾ ਕਰ ਦਿੰਦਾ, ਜਿਸ ਕਰਕੇ ਮੌਕੇ 'ਤੇ ਹੀ ਹਰਪ੍ਰੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਦਾ ਜਿਹੜੀ ਹੈ ਉਸਦੀ ਮੌਤ ਹੋ ਜਾਂਦੀ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਪਰਿਵਾਰ ਜਿਹੜਾ ਹੈ ਉਹ ਵੀ ਹੁਣ ਥਾਣੇ ਪਹੁੰਚਿਆ ਹੋਇਆ ਹੈ, ਰਿਪੋਰਟ ਦਰਜ ਕਰਵਾ ਰਿਹਾ ਹੈ, ਦੋਸ਼ਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ। ਪਰ ਪੂਰਾ ਅਗਰ ਦੇਖਿਆ ਜਾਵੇ ਤਾਂ ਪੂਰੀ ਖਬਰ ਅਗਰ ਦੇਖੀ ਜਾਵੇ, ਪੂਰਾ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਾਫੀ ਹੈਰਾਨ ਕਰ ਦੇਣ ਵਾਲਾ, ਕਿਉਂਕਿ ਕਾਰਨ ਜਿਹੜਾ ਹੈ ਸਿਰਫ ਇੱਕ ਮੇਲੇ ਭੇਜਣ ਤੋਂ ਰੋਕਿਆ ਗਿਆ ਸੀ ਇੱਕ ਪਿਤਾ ਵੱਲੋਂ ਆਪਣੇ ਬੇਟੇ ਨੂੰ, ਔਰ ਬੇਟਾ ਜਿਹੜਾ ਸੀ ਬੇਟੇ ਨੂੰ ਲੱਗਾ ਕਿ ਹਾਂ ਜਦੋਂ ਫੋਨ ਆਇਆ ਵਿਸ਼ਾਲਦੀਪ ਸਿੰਘ ਦਾ ਕਿ ਮੇਲੇ ਜਾਣਾ ਹੈ ਤਾਂ ਉਸ ਦੌਰਾਨ ਹਰਪ੍ਰੀਤ ਸਿੰਘ ਨੇ ਜ਼ਰੂਰੀ ਸਮਝਿਆ ਆਪਣੇ ਪਿਤਾ ਤੋਂ ਪਰਮਿਸ਼ਨ ਲੈਣਾ। ਜਦੋਂ ਉਸਦੇ ਪਿਤਾ ਨੇ ਉਸਨੂੰ ਮੇਲੇ ਜਾਣ ਤੋਂ ਰੋਕਿਆ ਤਾਂ ਇਹ ਬਰਦਾਸ਼ਤ ਨਹੀਂ ਹੋ ਪਾਇਆ ਵਿਸ਼ਾਲਦੀਪ ਸਿੰਘ ਤੋਂ, ਜੋ ਉਹਦਾ ਦੋਸਤ ਸੀਗਾ ਹਰਪ੍ਰੀਤ ਸਿੰਘ ਦਾ, ਤਾਂ ਉਹ ਉਸਦੇ ਪਿਤਾ ਦੇ ਨਾਲ ਹੀ ਬਹਿਸ ਕਰਨ ਲੱਗ ਜਾਂਦਾ ਹੈ। ਜਦੋਂ ਫੋਨ ਜਿਹੜਾ ਹਰਪ੍ਰੀਤ ਸਿੰਘ ਤੋਂ ਉਸਦਾ ਪਿਤਾ ਜੋਗਿੰਦਰ ਸਿੰਘ ਫੜ ਲੈਂਦਾ ਹੈ, ਉਸ ਦੌਰਾਨ ਵਿਸ਼ਾਲਦੀਪ ਸਿੰਘ ਔਰ ਜੋਗਿੰਦਰ ਸਿੰਘ ਦੇ ਬਹਿਸਬਾਜ਼ੀ ਹੁੰਦੀ ਹੈ ਔਰ ਇਸੀ ਬਹਿਸਬਾਜ਼ੀ ਦੌਰਾਨ ਵਿਸ਼ਾਲਦੀਪ ਸਿੰਘ ਜੋਗਿੰਦਰ ਸਿੰਘ ਦੇ ਘਰ ਪਹੁੰਚ ਜਾਂਦਾ ਹੈ। ਔਰ ਕਿਹਾ ਜਾ ਰਿਹਾ ਕਿ ਜਦੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਜਿਹੜਾ ਹਰਪ੍ਰੀਤ ਸਿੰਘ ਸੀਗਾ ਉਹ ਨਹਾ ਰਿਹਾ ਸੀਗਾ ਤੇ ਉਹ ਜਦੋਂ ਵਾਪਸ ਆਉਂਦਾ ਬਾਹਰ ਆਉਂਦਾ ਹੈ ਤਾਂ ਉਹ ਵੀ ਆਵਾਜ਼ਾਂ ਸੁਣ ਕੇ ਜਦੋਂ ਬਾਹਰ ਆਉਂਦਾ ਤੇ ਹੈਰਾਨ ਹੋ ਜਾਂਦਾ ਹੈ ਕਿ ਉਸਦਾ ਦੋਸਤ ਹੀ ਉਸਦੇ ਪਿਤਾ ਨੂੰ ਕਿਰਚਾਂ ਦੇ ਨਾਲ ਕਈ ਵਾਰ ਉਸਤੇ ਕੀਤੇ, ਜਿਸ ਤੇ ਕਰਕੇ
ਥਾਂ ਤੇ ਹੀ ਉਸਦੇ ਪਿਤਾ ਦੀ ਜੋਗਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਅਗਰ ਦੇਖਿਆ ਜਾਵੇ ਤਾਂ ਪੂਰਾ ਮਾਤਾ ਪਿਤਾ ਹਮੇਸ਼ਾ ਆਪਣੇ ਚੰਗੇ ਲਈ, ਬੱਚਿਆਂ ਦੇ ਚੰਗੇ ਲਈ ਹੀ ਉਹਨਾਂ ਨੂੰ ਰੋਕਦੇ ਨੇ, ਪਰ ਅੱਜ ਦੀ ਜੋ ਜਨਰੇਸ਼ਨ ਹੈ ਉਹਨਾਂ ਦੇ ਵਿੱਚ ਇਹ ਬਰਦਾਸ਼ਤ ਦੀ ਭਾਵਨਾ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ। ਖਾਸ ਤੌਰ 'ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਬਾਹਰ ਯਾਰ ਦੋਸਤ ਨੇ ਉਹ ਜ਼ਿਆਦਾ ਉਹਨਾਂ ਦੇ ਪੱਕੇ ਯਾਰ ਦੋਸਤ ਨੇ, ਆਪਣੇ ਮਾਤਾ ਪਿਤਾ ਤੋਂ ਵੀ ਜ਼ਿਆਦਾ ਜਿਹੜੇ ਉਹਨਾਂ ਨੂੰ ਅਹਿਮੀਅਤ ਦੇਣ ਲੱਗ ਜਾਂਦੇ ਨੇ। ਪਰ ਉਹਨਾਂ ਨੂੰ ਇਹ ਪਤਾ ਕਿ ਮਾਂ ਪਿਓ ਹਮੇਸ਼ਾ ਹੀ ਚੰਗਾ ਸੋਚਦੇ ਨੇ, ਜਿਨ੍ਹਾਂ ਨੇ ਜਨਮ ਦਿੱਤਾ, ਜਿਹੜਾ ਵੱਡਾ ਕਰਦੇ ਨੇ, ਪੜ੍ਹਾਉਂਦੇ ਨੇ, ਲਿਖਾਉਂਦੇ ਨੇ, ਇੱਕ ਕਾਬਲ ਬਣਾਉਂਦੇ ਨੇ ਕਿ ਉਹਨਾਂ ਦੇ ਬੱਚੇ ਸਮਾਜ 'ਚ ਵਿਚਰ ਸਕਣ। ਤਾਂ ਇਸ ਦੌਰਾਨ ਜਦੋਂ ਅਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਮਾਨਸਿਕਤਾ 'ਤੇ ਆਪਾਂ ਸਵਾਲ ਜ਼ਰੂਰ ਉਠਾਉਂਦੇ ਹਾਂ, ਕਿਉਂਕਿ ਸਹਿਣ ਸ਼ਕਤੀ ਜਿਹੜੀ ਆ ਖਤਮ ਹੁੰਦੀ ਜਾ ਰਹੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿੱਚ। ਕੁਛ ਅਜਿਹਾ ਹੀ ਦੇਖਣ ਨੂੰ ਮਿਲਿਆ ਇਸ ਪੂਰੇ ਮਾਮਲੇ ਦੇ ਵਿੱਚ। ਅਜਨਾਲਾ ਦੇ ਤਲਵੰਡੀ ਭਗਵਾਂ ਦਾ ਇਹ ਮਾਮਲਾ ਹੈ ਜੋ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ, ਔਰ ਮੰਦਭਾਗੀ ਖਬਰ ਹੈ ਕਿ ਯਾਰ ਹੀ ਆਪਣੇ ਯਾਰ ਦੇ ਪਿਤਾ ਦਾ ਕਾਤਲ ਬਣ ਬੈਠਾ, ਔਰ ਸਿਰਫ ਕਾਰਨ ਰਿਹਾ ਮੇਲੇ ਤੋਂ ਜਾਣ ਤੋਂ ਹਰਪ੍ਰੀਤ ਸਿੰਘ ਨੂੰ ਰੋਕਿਆ ਉਸਦੇ ਪਿਤਾ ਜੋਗਿੰਦਰ ਸਿੰਘ ਨੇ, ਔਰ ਇਸੀ ਕਾਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੋਗਿੰਦਰ ਸਿੰਘ ਨੂੰ, ਜਿਸਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ ਕਿ ਉਸਦਾ ਬੇਟੇ ਦਾ ਜਿਹੜਾ ਦੋਸਤ ਹੈ ਸਕੂਲ ਦੇ ਵਿੱਚ ਪੜ੍ਹਦੇ ਨੇ, ਹਾਲਾਂਕਿ ਸਕੂਲ ਦੇ ਵਿੱਚ ਉਹਦੇ ਇੱਕੋ ਕਲਾਸ ਦੇ ਵਿੱਚ ਪੜ੍ਹਦੇ ਨੇ, ਔਰ ਉਹਨਾਂ ਨੇ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਕਿ ਵਿਸ਼ਾਲਦੀਪ ਸਿੰਘ ਉਸਨੂੰ ਬੇਦਰਦੀ ਦੇ ਨਾਲ ਮੌਤ ਜਿਹੜੀ ਆ ਉਹ ਦੇਵੇਗਾ। ਫਿਲਹਾਲ ਇਸ ਪੂਰੇ ਮਾਮਲੇ ਦੀ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਪਰਿਵਾਰਕ ਮੈਂਬਰ ਜਿਹੜੇ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਰਹੇ ਨੇ, ਕਾਰਵਾਈ ਦੀ ਮੰਗ ਕਰ ਰਹੇ ਨੇ, ਬਿਆਨ ਦੇ ਰਹੇ ਨੇ, ਔਰ ਕਿਹਾ ਜਾ ਰਿਹਾ ਕਿ ਇਸ ਦੌਰਾਨ ਜਿਹੜੇ ਗੁਆਂਢ ਦੇ ਵਿੱਚ ਜਿਹੜੇ ਸੀਗੇ ਸ਼ਖਸ, ਉਸਦਾ ਕਹਿਣਾ ਹੈ ਕਿ ਉਹ ਅਤੇ ਸੈਕਟਰੀ ਜਿਹੜੇ ਸੀ ਸਾਹਿਬ ਉਹਨਾਂ ਦੇ ਹੋਣਗੇ, ਉਹ ਇਕੱਠੇ ਉਸ ਘਰ ਦੇ ਵਿੱਚ ਜਾਂਦੇ ਨੇ ਜਦੋਂ ਸ਼ੋਰ ਸ਼ਰਾਬਾ ਸੁਣਦੇ ਨੇ, ਔਰ ਇਸ ਦੌਰਾਨ ਜਿਹੜੇ ਸੈਕਟਰੀ ਸਾਹਿਬ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ 'ਤੇ ਵੀ ਵਾਰ ਕੀਤੇ ਗਏ, ਜਿਸ ਕਰਕੇ ਉਹ ਵੀ ਜ਼ਖਮੀ ਹੋਏ ਨੇ। ਫਿਲਹਾਲ ਬੇਹੱਦ ਮੰਦਭਾਗੀ ਖਬਰ ਹੈ ਤਲਵੰਡੀ ਭਗਵਾਂ ਦੀ, ਜੋ ਕਿ ਅਜਨਾਲਾ ਦਾ ਪਿੰਡ ਹੈ, ਔਰ ਇੱਥੇ ਇੱਕ ਪਿਤਾ ਨੂੰ ਮਾਰ ਦਿੱਤਾ ਜਾਂਦਾ ਹੈ ਸਿਰਫ ਇਸ ਕਰਕੇ ਉਸਨੇ ਆਪਣੇ ਬੇਟੇ ਨੂੰ ਮੇਲੇ ਜਾਣ ਤੋਂ ਮਨਾ ਕੀਤਾ ਸੀ, ਤੇ ਵਿਸ਼ਾਲਦੀਪ ਸਿੰਘ ਜੋ ਕਿ ਉਸਦੇ ਬੇਟੇ ਦਾ ਦੋਸਤ ਸੀ ਉਸਨੇ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਛ ਆਖ ਰਹੇ ਨੇ ਗੁਆਂਢ ਦੇ ਲੋਕ ਜਿਹੜੇ ਉੱਥੇ ਮੌਜੂਦ ਸੀ, ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਸਾਰੀ ਵਾਰਦਾਤ ਨੂੰ ਹੁੰਦੇ ਵੇਖਿਆ, ਔਰ ਨਾਲ ਦੇ ਨਾਲ ਪੁਲਿਸ ਇਸ ਪੂਰੇ ਮਾਮਲੇ ਤੇ ਕਾਰਵਾਈ ਕੀ ਅਮਲ 'ਚ ਲਿਆ ਰਹੀ ਹੈ ਆਓ ਜਾਣਦੇ ਹਾਂ। ਗੁਰਦੀਪ ਸਿੰਘ ਸਰ, ਕਿਹੜਾ ਬੇਟਾ ਜੀ? ਤਲਵੰਡੀ ਭੰਗੂਆਂ। ਕੀ ਗੱਲ ਹੋਈ ਸਰ? ਸਰ ਇਹ ਵੀ ਬੇਟੇ ਦੋਵੇਂ ਸਕੂਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਆ 10ਵੀਂ ਕਲਾਸ ਦਾ, ਉੱਥੇ ਦੋਵੇਂ ਬੇਟੇ ਇਕੱਠੇ ਪੜ੍ਹਦੇ ਆ, ਤੇ ਜਿਹੜਾ ਕੀ ਨਾਮ ਪੜ੍ਹਦਾ ਵਿਸ਼ਾਲ ਉਹਨੇ ਫੋਨ ਕੀਤਾ ਵੀ ਹੈਪੀ ਤੂੰ ਕਿੱਥੇ ਆਏ? ਇਹਨੇ ਆਖਿਆ ਮੈਂ ਘਰੇ ਹੀ ਹਾਂ, ਅਸੀਂ ਚੱਲ ਚੱਲੀਏ, ਅਤੇ ਉਹ ਨਹਾਉਣ ਡਿਆ ਹੈ ਕਿਤੇ, ਅਤੇ ਉਹਦੇ ਡੈਡੀ ਨੇ ਚੁੱਕ ਲਿਆ ਜੋਗਿੰਦਰ ਸਿੰਘ ਨੇ। ਕਹਿੰਦਾ ਵੀ ਕੌਣ ਤੁਸੀਂ ਬੋਲਦੇ ਜੇ? ਆਂਦਾ ਵੀ ਅਸੀਂ, ਤੂੰ ਕੀ ਆਖਣਾ ਵਾ ਉਹਨੂੰ, ਉਹਨਾਂ ਕਰਾ ਗੱਲ ਹੈ ਪੀਣਾ, ਤੇ ਉਹ ਆਂਦਾ ਵੀ ਤੁਸੀਂ ਬਦਮਾਸ਼ ਜਿਹੜੇ ਜੀ ਇੱਥੇ ਆ ਜਾਓ ਹਾਂ ਮੇਰੇ ਘਰੇ ਹੀ। ਹਾਂਜੀ ਫਿਰ ਮੇਰੇ ਕੋਲ ਆ ਜਾਓ ਘਰੇ ਹੀ। ਉਹ ਘਰੇ ਆ ਗਏ, ਆਣ ਕੇ ਉਹ ਗੱਲਬਾਤ ਹੁੰਦਾ, ਮੈਂ ਪਿਛਲੇ ਬੰਨੇ ਨਿਕਲਿਆ, ਮੇਰੇ ਪਿਛਲੇ ਬੰਨੇ ਘਰ ਆ ਇਹਨਾਂ ਦਾ, ਤੇ ਮੈਂ ਵੇਖਣ ਡਿਆ ਤੇ ਇਕੱਠੇ ਹੋਏ, ਤਾਂ ਉਹ ਸੈਕਟਰੀ ਸਾਹਿਬ ਨੂੰ ਮੈਂ ਲੈ ਕੇ ਉੱਤੋਂ ਦੀ ਮੇਨ ਗਲੀ ਦੇ ਵਿੱਚ ਉਹਦੀ ਗਏ ਉਹਦੇ ਘਰ, ਤੇ ਜਾਂਦਿਆਂ ਨੂੰ ਖਲੋਤੇ ਮੈਂ ਵੀਰ ਜੀ ਜੇ ਸਾਡੇ। ਹਾਂਜੀ ਫਿਰ ਉਹਨੇ ਕਿਰਚਾਂ ਮਾਰਨੀਆਂ ਸ਼ੁਰੂ ਕਰਤੀਆਂ ਇਹਨੂੰ ਜੋਗਿੰਦਰ ਸਿੰਘ ਨੂੰ, ਤੇ ਉਹ ਬੋਸ਼ ਹੋ ਕੇ ਡਿੱਗੇ ਮੁੜ ਗਏ, ਤੇ ਸੈਕਟਰੀ ਸਾਹਿਬ ਨੇ ਇੱਕ ਨੂੰ ਫੜਿਆ ਤੇ ਸੈਕਟਰੀ ਸਾਹਿਬ ਤੇ ਵੱਜ ਗਈਆਂ ਨੇ। ਹਾਂਜੀ ਮੁੜ ਕੇ ਉਹ ਬੂਹਾ ਖੋਲ ਕੇ ਅਸੀਂ ਦਰਵਾਜ਼ਾ ਢੋਇਆ ਸੀ, ਇੱਕਦਮ ਢੋਣ ਲੱਗੇ ਤੇ ਉਹ ਛਾਲਾਂ ਮਾਰ ਕੇ ਕੋਈ ਜਿਸ ਤਰ੍ਹਾਂ ਨਿਕਲ ਗਏ, ਜਿਸ ਤਰ੍ਹਾਂ ਨਿਕਲਿਆ ਗਿਆ ਨਾ ਉਹ। ਹਾਂਜੀ ਡੈਥ ਹੋ ਗਈ ਉਹਦੀ ਜੋਗਿੰਦਰ ਸਿੰਘ ਦੀ। ਹਾਂਜੀ ਦੂਜਾ ਇੱਕ ਫੜਿਆ ਗਿਆ ਨਾ ਜਿਹੜਾ ਉਹ ਤਾਂ, ਹਾਂਜੀ ਗੁਰੂ ਨਾਨਕ ਹੀ ਹੈ। ਦੂਜੇ ਜਿਹੜੇ ਵਿਅਕਤੀ ਸੀ ਉਹ ਜਿਹਨਾਂ ਦੀ ਕਿਰਚਾਂ ਵੱਜੀ ਉਹਨਾਂ ਦਾ ਕੀ ਹਾਲ ਹੈ? ਨਹੀਂ ਉਹ ਲਾ ਚੱਲਣ ਡਿਆ ਸੈਕਟਰੀ ਸਾਹਿਬ ਨੂੰ ਵੱਜੀ ਹੈ ਨਾ। ਹਾਂਜੀ ਹਾਂਜੀ
ਉਹਨਾਂ ਨੂੰ ਲਾ ਚੱਲਣ ਦਾ ਹੁਣ ਕੀ ਮੰਗ ਕੀ ਕਰਦੇ ਹੋ? ਮੰਗ ਇਹੋ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ। ਇਹ ਮਾਮਲਾ ਇਹ ਹੈ ਜੀ ਕਿ ਸਾਨੂੰ 1:30 ਵਜੇ ਕਰੀਬ ਪਹੁੰਚਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਵਜਰੇ ਕੰਟਰੋਲ ਰੂਮ ਕਿ ਪਿੰਡ ਜਿਹੜਾ ਹੈਗਾ ਤਲਵੰਡੀ ਭੰਗਵਾਂ ਉੱਥੇ ਝਗੜਾ ਹੋਇਆ ਅਤੇ ਮੌਕੇ 'ਤੇ ਪਹੁੰਚੋ। ਅਸੀਂ ਉੱਥੇ ਮੌਕੇ 'ਤੇ ਗਏ ਹਾਂ ਅਤੇ ਉੱਥੇ ਜਿਹੜਾ ਜੋਗਿੰਦਰ ਸਿੰਘ ਨਾਮੀ ਵਿਅਕਤੀ ਉਹ ਇੰਜਰਡ ਹੋਇਆ, ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ, ਜਿਹਨਾਂ ਨੂੰ ਉਹਨਾਂ ਦੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਇਲਾਜ ਵਾਸਤੇ ਹੋਸਪਿਟਲ ਲੈ ਕੇ ਗਏ ਸੀ ਅਤੇ ਉਹਨੀ ਦੇਰ ਨੂੰ ਅਜੇ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਵੀ ਉਹਦੀ ਜਿਹੜਾ ਜੋਗਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਆ, ਉਹਦੀ ਡੈਡ ਬੋਡੀ ਜਿਹੜੀ ਆ ਅਜਨਾਲਾ ਹੋਸਪਿਟਲ 'ਚ ਆ ਗਈ ਹੈ। ਇਹ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਆ, ਇਨਵੈਸਟੀਗੇਸ਼ਨ ਚੱਲ ਰਹੀ ਆ ਅਤੇ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ, ਉਹਦਾ ਮਾਮਾ ਸੁੱਖ ਆ, ਇਹਨਾਂ ਦੀ ਕੋਈ ਬੱਚਿਆਂ 'ਤੇ ਮੇਲੇ ਮੁਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ, ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਉੱਥੋਂ ਕਲੀਅਰ ਹੋਏ। ਮੁਕੱਦਮਾ ਦਰਜ ਕੀਤਾ ਜਾ ਰਿਹਾ ਜੀ, ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਅਤੇ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਅਤੇ ਕਾਰਵਾਈ